ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਆਪਣੇ ਚੈਨਲ ਜੋਬ ਅਲਰਟ ਬਾਏ ਹਰਦੀਪ ਵਿੱਚ। ਦੋਸਤੋ, ਪੰਜਾਬ ਖੇਤਰ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ। ਚਲੋ ਦੋਸਤੋ, ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ। ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਇੰਡੀਅਨ ਏਅਰ ਫੋਰਸ ਵੱਲੋਂ ਨੋਟੀਫਿਕੇਸ਼ਨ ਆਇਆ ਜੀ। ਪੰਜਾਬ ਵਿੱਚ ਏਅਰ ਫੋਰਸ ਦੀ ਭਰਤੀ ਆ ਚੁੱਕੀ ਹੈ ਜੀ। ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲ 'ਚ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਇੰਡੀਅਨ ਏਅਰ ਫੋਰਸ ਜਲੰਧਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਆਇਆ ਜੀ। ਅਨਮੈਰਿਡ ਜੋ ਕੈਂਡੀਡੇਟ ਨੇ, ਮੇਲ ਜੋ, ਓਨਲੀ ਮੇਲ ਹੀ ਅਪਲਾਈ ਕਰ ਸਕਦੇ ਨੇ। ਅਪਲਾਈ ਜੋ ਤੁਸੀਂ ਕਰਨਾ ਜੀ, ਔਨਲਾਈਨ ਕਰਨਾ ਪੈਣਾ ਤੁਹਾਨੂੰ, ਠੀਕ ਹੈ ਜੀ। ਇਹ ਭਰਤੀ ਚੱਲੇਗੀ, ਰੈਲੀ ਭਰਤੀ ਹੈ। 5 ਅਗਸਤ 2019 ਤੋਂ ਲੈ ਕੇ 9 ਅਗਸਤ 2019 ਤੱਕ ਇਹ ਭਰਤੀ ਚੱਲੇਗੀ। ਜਿੱਥੇ ਭਰਤੀ ਹੋਣੀ ਹੈ ਜੀ, ਪੋਸਟਾਂ ਨੇ ਜੀ ਨੋਨ ਟੈਕਨੀਕਲ ਆਟੋਮੋਬਾਈਲ ਟੈਕਨੀਸ਼ੀਅਨ ਦੀਆਂ ਪੋਸਟਾਂ ਨੇ ਜੀ, ਠੀਕ ਹੈ ਜੀ। ਜੋ ਭਰਤੀ ਹੋਵੇਗੀ, ਪੰਜਾਬ ਆਰਮਡ ਪੁਲਿਸ PAP ਗਰਾਊਂਡ ਜਲੰਧਰ ਵਿੱਚ ਇਹ ਭਰਤੀ ਹੋਵੇਗੀ। ਡੇਟ ਆ ਜੀ 5 ਅਗਸਤ 2019। ਟ੍ਰੇਡ ਆ ਜੀ ਆਟੋ ਟੈਕਨੀਸ਼ੀਅਨ। ਫਿਜੀਕਲ ਫਿਟਨੈਸ ਟੈਸਟ ਅਤੇ ਰਿਟਰਨ ਟੈਸਟ ਹੋਵੇਗਾ 6 ਅਗਸਤ 2019। ਅਡੈਪਟ ਅਵੇਲਿਟੀ ਟੈਸਟ ਹੋਵੇਗਾ ਜੀ 1 ਅਤੇ 2। ਡਿਸਟ੍ਰਿਕਟ ਨੇ ਜੀ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, SSV ਨਗਰ, ਰੂਪਨਗਰ ਅਤੇ ਮੋਗਾ। ਡਿਸਟ੍ਰਿਕਟ ਦੇ ਕੈਂਡੀਡੇਟ ਭਾਗ ਲੈ ਸਕਣਗੇ। ਡੇਟ ਆ ਜੀ 7 ਅਗਸਤ 2019। ਪੋਸਟਾਂ ਸੇਮ ਨੇ ਜੀ, ਫਿਜੀਕਲ ਫਿਟਨੈਸ ਟੈਸਟ ਅਤੇ ਰਿਟਰਨ ਟੈਸਟ ਹੋਵੇਗਾ ਜੀ 8 ਤਰੀਕ ਨੂੰ। ਅਡੈਪਟ ਅਵੈਲਿਟੀ ਟੈਸਟ ਹੋਵੇਗਾ ਜੀ 1 ਅਤੇ 2। ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ, ਕਪੂਰਥਲਾ ਦੇ ਕੈਂਡੀਡੇਟ ਹੀ ਭਾਗ ਲੈ ਸਕਣਗੇ। ਡੇਟ ਆਫ ਬਰਥ 19 ਜੁਲਾਈ 1999 ਤੋਂ ਲੈ ਕੇ 1 ਜੁਲਾਈ 2003 ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਹੀ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜੀ। ਕੁਆਲੀਫਿਕੇਸ਼ਨ ਹੈ ਜੀ, +2 ਤੁਸੀਂ ਪਾਸ ਕੀਤੀ ਹੈ ਜਾਂ ਤੁਸੀਂ ਡਿਪਲੋਮਾ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਡੈਮੋਸਿਲ ਰਿਕਰੂਟਮੈਂਟ, ਦੋਸਤੋ ਭਰਤੀ ਅਟੈਂਡ ਕਰ ਲਈ ਤੁਸੀਂ ਪਹੁੰਚ ਜਾਣਾ ਜੀ ਪੰਜਾਬ ਆਰਮਡ ਪੁਲਿਸ ਗਰਾਊਂਡ ਜਲੰਧਰ ਪੰਜਾਬ ਵਿੱਚ ਸੇਫਲੀ। ਮੈਡੀਕਲ ਸਟੈਂਡਰਡ, ਚੈਸਟ ਹੈ ਜੀ 5 ਸੈਂਟੀਮੀਟਰ, ਵੇਟ ਹੈ ਜੀ, ਏਜ ਅਤੇ ਹਾਈਟ ਦੇ ਅਨੁਸਾਰ, ਤੁਸੀਂ ਕਿਸੇ ਤਰ੍ਹਾਂ ਦੀ ਕੋਈ ਸਰਜਰੀ ਨਾ ਕਰਾਈ ਹੋਵੇ, ਤੁਹਾਡੇ ਹੇਅਰ ਓਰੀਜਨਲ ਹੋਣੇ ਚਾਹੀਦੇ ਨੇ ਜੀ, ਕਿਸ ਤਰ੍ਹਾਂ ਡੁਪਲੀਕੇਟ ਨਹੀਂ ਲਗਾਏ ਹੋਣੇ ਚਾਹੀਦੇ। ਡੈਂਟਲ, ਤੁਹਾਡੇ ਜੋ ਦੰਦ ਹੋਣੇ ਚਾਹੀਦੇ ਨੇ ਟੁੱਟੇ ਨਹੀਂ ਹੋਣੇ ਚਾਹੀਦੇ, ਬਿਲਕੁਲ ਸਹੀ ਹੋਣੇ ਚਾਹੀਦੇ ਨੇ ਜੀ। ਹੈਲਥ, ਗੁੱਡ ਹੈਲਥ ਹੋਣੀ ਚਾਹੀਦੀ ਹੈ ਤੁਹਾਡੀ, ਬਿਲਕੁਲ ਤੁਸੀਂ ਫਿੱਟ ਹੋਣੇ ਚਾਹੀਦੇ ਹੋ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਟ੍ਰੇਡ ਆਟੋ ਟੈਕਨੀਸ਼ੀਅਨ, ਹਾਈਟ ਹੈ ਜੀ 165 ਸੈਂਟੀਮੀਟਰ, ਲੈਗ ਲੈਂਥ ਹੈ ਜੀ 99 cm, ਆਈ ਹੈ ਜੀ 6x12। ਜੇ ਤੁਸੀਂ ਚਸ਼ਮਾ ਲਗਾਉਂਦੇ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਨੈਕਸਟ ਟ੍ਰੇਡ ਹੈ ਜੀ IAF, ਹਾਈਟ ਹੈ ਜੀ 175 ਸੈਂਟੀਮੀਟਰ, ਨੋਨ ਐਪਲੀਕੇਬਲ, ਤੁਹਾਡੀ ਨਜ਼ਰ 6x6 ਹੋਣੀ ਚਾਹੀਦੀ ਹੈ ਜੀ, ਚਸ਼ਮਾ ਤੁਸੀਂ ਨਹੀਂ ਲਗਾਉਂਦੇ ਹੋਣੇ ਚਾਹੀਦੇ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬੋਡੀ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਟੋ ਵਗੈਰਾ ਨਹੀਂ ਹੋਣਾ ਚਾਹੀਦਾ। ਪੇ ਐਂਡ ਅਲਾਉਂਸ 14,600 ਤੋਂ ਲੈ ਕੇ 26,900 ਰੁਪਇਆ ਪਰ ਮੰਥ ਤੁਹਾਨੂੰ ਪੇ ਦਿੱਤੀ ਜਾਵੇਗੀ। ਗਰੁੱਪ 2 ਨੋਨ ਟੈਕਨੀਕਲ ਦੀਆਂ ਪੋਸਟਾਂ ਲਈ ਫਿਜੀਕਲ ਫਿਟਨੈਸ ਟੈਸਟ ਹੋਵੇਗਾ ਜੀ, ਜਿਹਦੇ ਵਿੱਚ 1.6 km ਰਨਿੰਗ ਹੋਵੇਗੀ, ਟਾਈਮ ਹੋਵੇਗਾ ਜੀ 6:30 ਦਾ। ਉਹਦੇ ਬਾਅਦ ਤੁਹਾਡਾ ਰਿਟਰਨ ਟੈਸਟ ਹੋਵੇਗਾ, ਉਹਦੇ ਬਾਅਦ ਤੁਹਾਡਾ ਅਨੁਕੂਲਤਾ ਟੈਸਟ ਹੋਣਗੇ ਜੀ 1 ਐਂਡ 2, ਉਹਦੇ ਬਾਅਦ ਤੁਹਾਡਾ ਮੈਡੀਕਲ ਟੈਸਟ ਹੋਵੇਗਾ ਜੀ। ਮੈਡੀਕਲ ਟੈਸਟ ਹੋਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ, ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਇਹਨੂੰ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਹੀ ਤੁਸੀਂ ਇਹ ਭਰਤੀ ਅਟੈਂਡ ਕਰਨੀ ਹੈ। ਮੇਰਾ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ।